ਵੈਣ ਜਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾਂ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲ ਹਾਰੈ ਬਲ ਬਲ ਜਾਵਣਾ ਜਨ ਨਾਨਕ ਸਦ ਬਲ ਹਾਰੈ ਬਲ ਬਲ ਜਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸੁੰਦਰ ਦਰਬਾਰ ਵਿੱਚ ਬੈਠ ਕੇ ਆਪ ਜੀ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਸਾਹਿਬ ਜੀ ਹੋਣਾਂ ਦੇ ਪਾਸੋਂ ਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਹਾਜ਼ਰੀਆਂ ਲਗਵਾ ਰਹੇ ਸੀ। ਬਾਕੀ 25 ਮਿੰਟ ਦਾ ਸਮਾਂ ਦਾਸ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਗੁਣ ਗਾਇਨ ਕਰਨ ਦਾ ਹੁਕਮ ਹੋਇਆ ਹੈ। ਕੱਲ੍ਹ ਅਤੇ ਪਰਸੋਂ ਉਹਨਾਂ ਭਗਤ ਸਾਹਿਬਾਨਾਂ ਦੀ ਕਥਾ ਵਿਚਾਰੀ ਗਈ ਸੀ ਜਿਨ੍ਹਾਂ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਬਾਣੀ ਕੇਵਲ ਇੱਕ ਇੱਕ ਸ਼ਬਦ ਹੈ ਅਤੇ ਇੱਕ ਭਗਤ ਸਾਹਿਬਾਨ ਜਿਨ੍ਹਾਂ ਦੀ ਕੇਵਲ ਇੱਕ ਪੰਕਤੀ ਹੈ। ਤੋ ਕੁਝ ਭਗਤ ਸਾਹਿਬਾਨ ਜਿਨ੍ਹਾਂ ਦੇ ਦੋ ਸ਼ਬਦ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਤਿੰਨਾਂ ਦੇ ਵਿੱਚੋਂ ਬਹੁਤ ਹੀ ਪੂਜਨੀਕ ਮਹਾਨ ਆਤਮਾ ਪਰਮੇਸ਼ਰ ਦੇ ਨਾਲ ਜਿਨ੍ਹਾਂ ਦੀ ਸੁਰਤੀ ਸੱਚਖੰਡ ਨਾਲ ਜੁੜੀ ਹੋਈ ਹੈ, ਭਗਤ ਭੀਖਣ ਸਾਹਿਬ ਜੀ, ਤਿੰਨਾਂ ਦੀ ਗੁਰਬਾਣੀ ਜੋ ਸੋਰਠ ਰਾਗ ਦੇ ਅੰਦਰ ਦੋ ਸ਼ਬਦ ਹਨ, ਤਿਸ ਦੀ ਕਥਾ ਵਿਚਾਰ ਅੱਜ ਵਿਚਾਰੀ ਜਾਏਗੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੁਝ ਭਗਤ ਸਾਹਿਬਾਨਾਂ ਦਾ ਜੋ ਜੀਵਨ ਹੈ ਉਹ ਪੋਥੀਆਂ ਦੇ ਵਿੱਚੋਂ, ਇਤਿਹਾਸ ਦੇ ਵਿੱਚੋਂ ਬਹੁਤ ਸਾਰੇ ਵਾਕਿਆਤ ਜਿਹੜੇ ਨੇ ਉਹ ਮਿਲਦੇ ਨੇ, ਔਰ ਉਹਨਾਂ ਦੇ ਜਨਮ ਦੀਆਂ ਤਰੀਕਾਂ ਜੋਤੀ ਜੋਤ ਸਮਾਉਣ ਦੇ ਸਮੇਂ ਜਿਹੜੇ ਨੇ ਉਹ ਲੱਭਦੇ ਹਨ। ਪਰ ਕੁਝ ਭਗਤਾਂ ਦਾ ਇਤਿਹਾਸ ਜੋ ਹੈ ਉਹ ਗੁਰਬਾਣੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਨ, ਲੇਕਿਨ ਉਹਨਾਂ ਦੀ ਜਨਮ ਤਰੀਕ, ਜੋਤੀ ਜੋਤ ਸਮਾਵਣ ਦਾ ਸਮਾਂ ਅਤੇ ਜ਼ਿੰਦਗੀ ਦੇ ਹੋਰ ਵਾਕਿਆਤ ਜਿਹੜੇ ਨੇ ਉਹ ਜ਼ਿਆਦਾ ਵੀ ਖੋਜ ਕੀਤਿਆਂ ਨਹੀਂ ਲੱਭਦੇ। ਇਵੇਂ ਹੀ ਭਗਤ ਭੀਖਣ ਸਾਹਿਬ ਜੀ ਲਖਨਊ ਦੇ ਇਲਾਕੇ ਦੇ ਅੰਦਰ, ਭਾਰਤ ਦੇਸ਼ ਜਿਸ ਨੂੰ ਐਵੇਂ ਨਹੀਂ ਆਖਿਆ ਜਾਂਦਾ ਕਿ ਰਿਸ਼ੀਆਂ ਮੁਨੀਆਂ ਭਗਤਾਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਭਾਰਤ ਦੀ ਧਰਤੀ ਦੀ ਗੋਦੀ ਦੇ ਵਿੱਚੋਂ ਬੜੇ ਬੜੇ ਮਹਾਨ ਪੈਗੰਬਰ, ਰਿਸ਼ੀ ਮੁਨੀ, ਭਗਤ, ਸੰਤ, ਯੋਧੇ, ਮਹਾਬਲੀ, ਬਹਾਦਰ, ਸੂਰਬੀਰ, ਸ਼ਹੀਦ ਪੈਦਾ ਹੋਏ ਨੇ। ਇਸ ਪੱਖ ਤੋਂ ਇਹ ਧਰਤੀ ਸਾਰੇ ਵਿਸ਼ਵ ਦੇ ਵਿੱਚੋਂ ਇਹ ਜਿਹੜਾ ਖਿੱਤਾ ਹੈ ਇਹ ਪੂਜਣ ਯੋਗ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤ ਭੱਟ ਸਾਹਿਬਾਨ ਅਤੇ ਗੁਰਸਿੱਖ ਉਹਨਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ, ਉਹਦੇ ਵਿੱਚ ਕੋਈ ਜਾਤ ਬਰਾਦਰੀ ਕੋਈ ਵਰਨ ਇਹ ਪ੍ਰਵਾਹ ਨਹੀਂ ਕੀਤੀ ਗਈ। ਉੱਥੇ ਨਾਲ ਹੀ ਸਾਰੇ ਭਾਰਤ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਇਹ ਅਗੰਮੀ ਪ੍ਰਾਪਤੀ ਵਾਲੀਆਂ ਰੂਹਾਂ ਜਿੱਥੇ ਜਿੱਥੇ ਪ੍ਰਗਟ ਹੋਈਆਂ ਉਹਨਾਂ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਚੁਣ ਲਿਆ ਹੈ। ਲਖਨਊ ਦਾ ਇਲਾਕਾ, ਇਹਦੇ ਵਿੱਚ ਕੋਕਰੀ ਨਾਮ ਦਾ ਪਰਗਣਾ ਹੈ, ਇੱਥੇ ਭਗਤ ਭੀਖਣ ਸਾਹਿਬ ਜੀ ਵਸਨੀਕ ਸਨ, ਇੱਥੇ ਰਹਿੰਦੇ ਸਨ। ਇਹਨਾਂ ਨੇ ਸੱਜਦ ਮੀਰ ਇਬਰਾਹੀਮ ਦੇ ਪਾਸੋਂ ਅਧਿਆਤਮਿਕ ਸਿੱਖਿਆ ਜਿਹੜੀ ਸੀ, ਆਤਮਿਕ ਸਿੱਖਿਆ, ਭਗਤੀ ਕਰਨੀ ਔਰ ਗੁਰਮੰਤਰ ਲੈਣਾ, ਆਰਾਧਨਾ ਕਰਨੀ, ਜਪ ਕਰਨਾ, ਤਪ ਕਰਨਾ, ਇਹ ਉਹਨਾਂ ਨੇ ਸੱਜਦ ਮੀਰ ਇਬਰਾਹੀਮ ਦੇ ਪਾਸੋਂ ਸਿੱਖਿਆ ਲਈ ਹੈ। ਔਰ ਜਦੋਂ ਸਾਧਨਾ ਕਰਦਿਆਂ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੁਰਤੀ ਜੁੜ ਗਈ ਹੈ ਅਤੇ ਇਹਨਾਂ ਨੇ ਜਿਹੜੇ ਸ਼ਬਦ ਉਚਾਰਨ ਕੀਤੇ ਉਹਨਾਂ ਦੇ ਵਿੱਚੋਂ ਦੋ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ
ਪੋਥੀ ਸਾਹਿਬ ਦੇ ਵਿੱਚ ਲਿਖ ਲਿਆ ਹੈ, ਜੋ ਪੰਜਵੇਂ ਪਾਤਸ਼ਾਹ ਤੱਕ ਪਹੁੰਚੇ ਔਰ ਉਹਨਾਂ ਸਤਿਗੁਰਾਂ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ 669 ਨੰਬਰ ਪੰਨਾ ਦੇ ਉੱਤੇ ਸੂਰਠ ਰਾਗ ਵਿੱਚ ਇਹ ਸ਼ਬਦ ਨੇ, ਭਗਤ ਭੀਖਣ ਸਾਹਿਬ ਜੀ ਉਚਾਰਨ ਕਰਦੇ ਨੇ ਕਿ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਅਕਾਲ ਪੁਰਖ ਦਾ, ਪਰਮੇਸ਼ਰ ਦਾ ਜੋ ਨਾਮ ਹੈ, ਉਹ ਫਰਮਾਉਂਦੇ ਨੇ ਕਿ ਇਹ ਭਾਈ ਜਗਤ ਦੇ ਉੱਪਰ ਕਰੰਸੀ ਦੇ ਰੂਪ ਵਿੱਚ, ਧਨ ਦੇ ਰੂਪ ਵਿੱਚ, ਜਾਇਦਾਦ ਦੇ ਰੂਪ ਵਿੱਚ ਰਾਜਿਆਂ ਮਹਾਰਾਜਿਆਂ ਦੇ ਪਾਸ ਮਹਿੰਗੇ ਮਹਿੰਗੇ ਰਤਨ, ਮਹਿੰਗੇ ਮਹਿੰਗੇ ਸੁੱਚੇ ਮੋਤੀ ਹੋਇਆ ਕਰਦੇ ਨੇ। ਅਤੇ ਉਹ ਫਰਮਾਉਂਦੇ ਨੇ ਕਿ ਜਿਸਨੇ ਅਕਾਲ ਪੁਰਖ ਦੇ ਨਾਮ ਦਾ ਧਨ ਹਿਰਦੇ ਵਿੱਚ ਟਿਕਾ ਲਿਆ ਹੈ, ਇਹਦੇ ਮੁਕਾਬਲੇ ਦੇ ਉੱਪਰ ਰਾਜਿਆਂ ਮਹਾਰਾਜਿਆਂ ਦੇ ਖਜ਼ਾਨਿਆਂ ਦੇ ਰਤਨ ਜਿਹੜੇ ਨੇ, ਉਹ ਕੋਈ ਕੀਮਤ ਨਹੀਂ ਰੱਖਦੇ। ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਰਤਨ ਹੈ। ਆਨੰਦ ਸਾਹਿਬ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜਡਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸੁਆਓ। ਤੋ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਦਾ ਸ਼ਬਦ, ਪਰਮਾਤਮਾ ਦਾ ਸ਼ਬਦ ਨਾਮ, ਇਹ ਜੋ ਹੈ ਇਹ ਰਤਨ ਹੈ, ਰਤਨਾਂ ਦੀ ਤਰ੍ਹਾਂ ਹੈ। ਭਗਤ ਭੀਖਣ ਸਾਹਿਬ ਨੇ ਫਰਮਾਇਆ ਕਿ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਇਹ ਪ੍ਰਾਪਤ ਕਿਵੇਂ ਹੋਇਆ, ਇਹਦੀ ਪ੍ਰਾਪਤੀ ਦੀ ਪਰਾਲਬਧ ਜਿਹੜੀ ਹੈ ਉਹ ਕਿਵੇਂ ਬਣੀ ਹੈ? ਕਹਿੰਦੇ ਨੇ ਕਿ ਪਹਿਲਾਂ ਸ਼ੁਭ ਕਰਮ ਕਰਨੇ ਇਹ ਜੀਵ ਜਦੋਂ ਸ਼ੁਰੂ ਕਰਦਾ ਹੈ, ਇਹਦਾ ਮਨ ਨਿਰਮਲ ਹੋਣਾ ਸ਼ੁਰੂ ਹੁੰਦਾ, ਇਹਦੀ ਪਰਾਲਬਧ ਜਿਹੜੀ ਉਹ ਬਣਨੀ ਸ਼ੁਰੂ ਹੁੰਦੀ ਹੈ। ਕਿਉਂਕਿ ਜੇ ਆਪਾਂ ਇਹ ਦੇਖੀਏ ਕਿ ਸੰਸਾਰ ਦੇ ਅੰਦਰ ਕਿਤਨੇ ਦੇਸ਼ ਨੇ, ਕਿਤਨੇ ਫਿਰਕੇ ਨੇ, ਕਿਤਨੇ ਧਰਮ ਜਿਹੜੇ ਨੇ ਉਹ ਚੱਲ ਰਹੇ ਨੇ, ਅੱਗਿਓਂ ਉਹਨਾਂ ਦੇ ਹਿੱਸੇ ਚੱਲ ਰਹੇ ਨੇ, ਬਹੁਤ ਲੱਖਾਂ ਦੀ ਗਿਣਤੀ ਵਿੱਚ ਐਸੀ ਦੁਨੀਆ ਹੈ ਜਿਨ੍ਹਾਂ ਨੇ ਸਾਰੀ ਉਮਰ ਇੱਕ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਨੇ, ਅਤੇ ਮੌਤ ਹੋ ਜਾਣੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਇਸ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਅਵਤਾਰ ਨੇ ਔਰ ਇਹਨਾਂ ਦੇ ਚਰਨੀ ਲੱਗ ਕੇ ਮੁਕਤੀ ਮਿਲ ਸਕਦੀ ਹੈ। ਇਸ ਲਈ ਜਿਹੜਾ ਸਿੱਖਾਂ ਦੇ ਘਰ ਵਿੱਚ ਜਨਮ ਲੈਂਦਾ ਹੈ, ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਇਹ ਮੰਨਣਾ ਪਏਗਾ ਕਿ ਪਿਛਲੀਆਂ ਜਨਮਾਂ ਦੇ ਵਿੱਚ ਬਹੁਤ ਅਨੰਤ ਤਰ੍ਹਾਂ ਦੇ ਪਰਉਪਕਾਰ, ਦਇਆ, ਇਹ ਜਿਹੜੇ ਸ਼ੁਭ ਗੁਣ ਨੇ, ਇਹਨਾਂ ਦਾ ਸਦਕਾ ਹੀ ਮਹਾਰਾਜ ਪਾਤਸ਼ਾਹ ਜੀ ਫਿਰ ਅੱਗੇ ਜਿਹੜਾ ਉਹ ਮੌਕਾ ਬਖਸ਼ਿਸ਼ ਕਰਦੇ ਹੈ। ਅਤੇ ਭਗਤ ਭੀਖਣ ਸਾਹਿਬ ਜੀ ਫਰਮਾਉਂਦੇ ਹੈ ਕਿ ਇਹ ਜਿਹੜਾ ਰਤਨਾਂ ਲਾਲਾਂ ਤੋਂ ਮਹਿੰਗਾ ਪ੍ਰਭੂ ਪਰਮੇਸ਼ਰ ਦਾ ਨਾਮ ਹੈ, ਪੁੰਨ ਪਦਾਰਥ ਪਾਇਆ। ਇਹ ਤਾਂ ਭਾਈ ਬੜੇ ਪੁੰਨ ਕਰਕੇ, ਨੇਕ ਰਾਹ ਦੇ ਉੱਤੇ ਚੱਲ ਕੇ, ਇਸ ਤਰ੍ਹਾਂ ਦੇ ਜਿਹੜੇ ਪਰਾਲਬਧ ਦੇ ਇਸ ਤਰ੍ਹਾਂ ਦੇ ਕਾਰਨ ਬਣੇ, ਜਿੱਥੇ ਮਸਤਕ ਵਿੱਚ ਲਕੀਰ ਜਦੋਂ ਐਸੀ ਲਿਖੀ ਗਈ ਭਈ ਹੁਣ ਐਸ ਵਾਰੀ ਜਦੋਂ ਤੂੰ ਮਨੁੱਖ ਬਣ ਕੇ ਧਰਤੀ 'ਤੇ ਜਾਏਗਾ ਤਾਂ ਫਿਰ ਤੈਨੂੰ ਨਾਮ ਦੀ ਪ੍ਰਾਪਤੀ ਹੋਏਗੀ, ਹਾਲੇ ਰੱਬ ਦੀ ਪ੍ਰਾਪਤੀ ਨਹੀਂ, ਨਾਮ ਦੀ ਪ੍ਰਾਪਤੀ ਹੋਏਗੀ, ਅੱਗੇ ਤੇਰੀ ਮਿਹਨਤ ਹੈ। ਕਿਉਂਕਿ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਵੀ ਜਦੋਂ ਨਾਮ ਦਾ ਸੋਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਜੇ ਕਰਨੀ ਸੀ, ਹਰਿਮੰਦਰ ਸਾਹਿਬ ਜੀ ਦੇ ਦੁੱਖ ਭੰਜਨੀ ਬੇਰ ਸਾਹਿਬ ਦੇ ਲਾਗੇ ਜੋ ਥੜਾ ਹੈ ਉੱਥੇ ਰਾਤ ਨੂੰ ਪੋਥੀਆਂ ਬਰਾਜਮਾਨ ਕੀਤੀਆਂ, ਸਾਰੀ ਰਾਤ ਕੀਰਤਨ ਕਰਵਾਇਆ ਅਤੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ, ਹਮ ਧੰਨਵੰਤ ਭਾਗਠ ਸੱਚ ਨਾਏ। ਅਸੀਂ ਅੱਜ ਧੰਨਵਾਨ ਬਣ ਗਏ, ਭਾਗਾਂ ਵਾਲੇ ਬਣ ਗਏ ਹੈ, ਹਰ ਗੁਣ ਗਾਵੇ ਸਹਿਜ ਸੁਭਾਏ। ਹੁਣ ਕਿਸੇ ਨੇ ਭਗਤੀ ਕਰਨੀ ਹੋਏਗੀ ਤੇ ਪੁੱਠਿਆਂ ਨਹੀਂ ਲਟਕਣਾ ਪਏਗਾ, ਗਰਮ ਧੂੰਏ ਤਪਾ ਕੇ ਨਹੀਂ ਬਹਿਣਾ ਪਏਗਾ, ਠੰਡੇ ਜਲ ਨਾਲ ਜਲ ਧਾਰੇ ਨਹੀਂ ਕਰਨੇ ਪੈਣਗੇ, ਸਤਸੰਗਤ ਵਿੱਚ ਬਹਿ ਕੇ ਕੋਈ ਬਿਰਤੀ ਜੋੜ ਲਏ, ਕਥਾ ਸੁਣੀ ਜਾਏ, ਕੀਰਤਨ ਸੁਣੀ ਜਾਏ, ਸਿਮਰਨ ਕਰੀ ਜਾਏ, ਸਹਿਜ ਸੁਭਾਏ ਵੀ ਭਗਤੀ ਹੋ ਜਾਏਗੀ। ਹਰ ਗੁਣ ਗਾਵੇ ਸਹਿਜ ਸੁਭਾਏ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਪੰਜਵੇਂ ਪਾਤਸ਼ਾਹ ਨੇ ਫਰਮਾਇਆ ਕਿ ਅਸੀਂ ਵੱਡਿਆਂ ਸਤਿਗੁਰਾਂ ਦਾ ਇਕੱਠਾ ਕੀਤਾ ਹੋਇਆ ਖਜ਼ਾਨਾ ਜਿਹੜਾ ਉਹਨਾਂ ਨੇ ਆਪ ਉਚਾਰਿਆ, ਅਤੇ ਨਾਲੇ ਇਹੀ ਭਗਤ ਸਾਹਿਬਾਨ ਜਿਨ੍ਹਾਂ ਦੀ ਵਿਚਾਰ ਮੈਂ 2-3 ਦਿਨ ਤੋਂ ਕਰ ਰਿਹਾ ਕਿ ਜਿੱਥੇ ਜਿੱਥੇ ਭਾਰਤ ਵਿੱਚ ਮਹਾਰਾਜ ਪਾਤਸ਼ਾਹ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਇਹ ਮਿਲੇ ਹੈ ਜਾਂ ਉਹਨਾਂ ਦੇ ਜਾਨਸ਼ੀਨ ਮਿਲੇ ਹੈ, ਉਹਨਾਂ ਦੀ ਬਾਣੀ ਲਿਖ ਲਿਆਂਦੀ, ਇਹ ਖਜ਼ਾਨਾ ਪਿਓ ਦਾਦੇ ਦਾ ਇਕੱਠਾ ਕੀਤਾ ਹੋਇਆ ਸੀ। ਪੰਜਵੇਂ ਪਾਤਸ਼ਾਹ ਫਰਮਾਉਂਦੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ। ਭਗਤ ਭੀਖਣ ਜੀ ਵੀ ਇਹੀ ਫਰਮਾ ਰਹੇ ਕਿ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ। ਉਧਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾ ਰਹੇ ਨੇ ਕਿ ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ
ਅਖੂਟ ਅਤੋਲ ਇੰਨੇ ਰਿਧੀਆਂ ਸਿੱਧੀਆਂ ਅਤੇ ਬਖਸ਼ਿਸ਼ਾਂ ਦੇ ਭੰਡਾਰ ਭਰੇ ਪਏ ਨੇ। ਪਾਤਸ਼ਾਹ ਨੇ ਫਰਮਾਇਆ ਕਿ ਇਹਨਾਂ ਪੋਥੀਆਂ ਵਿੱਚ ਜੋ ਗੁਰਬਾਣੀ ਹੈ, ਪਾਤਸ਼ਾਹ ਕਹਿੰਦੇ ਇੱਕ ਤਾਂ ਇਹ ਅਖੂਟ ਹੈ, ਇਹ ਨਹੀਂ ਹੈ ਕਿ ਕੋਈ ਆਖੇਗਾ ਵੀ ਘੱਟ ਗਏ ਹਨ, ਅਤੇ ਅਤੋਲ ਜੇ ਕਿਤੇ ਇਹਦੇ ਮਹਾਤਮ ਇਹਦੇ ਫਲ ਦੀ ਮਹਾਰਾਜ ਪਾਤਸ਼ਾਹ ਕਹਿੰਦੇ ਕਿਸੇ ਹੋਰ ਕਰਮ ਨਾਲ ਕੋਈ ਤੁਲਨਾ ਕਰਨ ਲੱਗੇ ਤਾਂ ਤੋਲ ਨਹੀਂ ਸਕਦਾ। ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ। ਪਾਤਸ਼ਾਹ ਕਹਿੰਦੇ ਕੋਈ ਲੁਕਾਉਣ ਦੀ ਲੋੜ ਨਹੀਂ, ਵੀ ਕੋਈ ਆਖੇ ਵੀ ਮੈਨੂੰ ਗੁਰਬਾਣੀ ਦਾ ਸ਼ਬਦ ਮਿਲ ਗਿਆ, ਮੈਂ ਕਿਸੇ ਨੂੰ ਦੱਸਣਾ ਨਹੀਂ। ਮਹਾਰਾਜ ਕਹਿੰਦੇ ਸਗੋਂ ਦੂਜੇ ਨੂੰ ਦੱਸੋ। ਮਹਾਰਾਜ ਕਹਿੰਦੇ ਜੇ ਤੁਹਾਨੂੰ ਪਾਠ ਕਰਕੇ ਕੁਝ ਮਿਲਿਆ ਹੈ, ਬਖਸ਼ਿਸ਼ਾਂ ਹੋਈਆਂ ਨੇ, ਲੁਕਾਉਣ ਦੀ ਲੋੜ ਨਹੀਂ, ਦੂਜਿਆਂ ਨੂੰ ਦੱਸੋ। ਅਤੇ ਪਾਤਸ਼ਾਹ ਕਹਿੰਦੇ ਉਹ ਵੀ ਜਪਣਗੇ, ਇਹਦਾ ਫਲ ਜਿਹੜਾ ਪਾਤਸ਼ਾਹ ਕਹਿੰਦੇ ਵਧੇਗਾ, ਕਦੇ ਘਟੇਗਾ ਨਹੀਂ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਉੱਥੇ ਮਸਤਕ ਦੇ ਲੇਖ ਦੀ ਗੱਲ ਆ ਗਈ। ਪਾਤਸ਼ਾਹ ਕਹਿੰਦੇ ਭਈ ਦੇਖੋ ਇਹ ਬਖਸ਼ਿਸ਼ ਤਾਂ ਹੁਣ ਮਾਨਵਤਾ ਦੇ ਉੱਤੇ, ਵਿਸ਼ਵ ਦੇ ਉੱਤੇ ਇਹ ਹੋ ਗਈ ਹੈ ਕਿ ਪਿਓ ਦਾਦੇ ਦਾ ਵੱਡਿਆਂ ਸਤਿਗੁਰਾਂ ਦਾ ਇਕੱਠਾ ਕੀਤਾ ਖਜ਼ਾਨਾ ਤਾਂ ਹੁਣ ਅਸੀਂ ਥਾਲ ਵਿੱਚ ਤਿੰਨ ਵਸਤੂ ਪਈਓ ਇਹਦੇ ਰੂਪ ਦੇ ਵਿੱਚ ਬਖਸ਼ਿਸ਼ ਲੱਗੇ ਕਰਨ। ਪਰ ਪਾਤਸ਼ਾਹ ਕਹਿੰਦੇ ਫਿਰ ਵੀ ਕਈ ਵਾਂਝੇ ਰਹਿ ਜਾਣੇ ਹੈ ਜਿਨ੍ਹਾਂ ਦੇ ਅਜੇ ਕਰਮ ਤਿਆਰ ਨਹੀਂ ਹੋਏ। ਮਹਾਰਾਜ ਪਾਤਸ਼ਾਹ ਨੇ ਕਿਹਾ ਵੀ ਇਹ ਉਹਨਾਂ ਦੇ ਹੀ ਹਿੱਸੇ ਆਏਗਾ, ਉਹੀ ਇਸ ਖਜ਼ਾਨੇ ਦਾ ਭਾਈਵਾਲ ਬਣੇਗਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤੇ ਤੇ ਭਗਤ ਭੀਖਣ ਸਾਹਿਬ ਜੀ ਫਰਮਾਉਂਦੇ ਨੇ ਕਿ ਪੁੰਨ ਪਦਾਰਥ ਪਾਇਆ ਐਸਾ ਨਾਮ ਰਤਨ ਨਿਰਮੋਲਕ, ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ। ਪਾਤਸ਼ਾਹ ਕਹਿੰਦੇ ਜਿਹਨੇ ਬੰਦਗੀ ਕਰਕੇ ਸ਼ਬਦ ਰੂਪ ਰਤਨ ਨੂੰ ਦਿਲ ਵਿੱਚ ਟਿਕਾ ਲਿਆ ਹੈ, ਉਹ ਫਿਰ ਸੌ ਵਾਰ ਪੜਦਾ ਰੱਖਦਾ, ਫਿਰ ਇਹ ਪਾਤਸ਼ਾਹ ਕਹਿੰਦੇ ਉਹਦੀ ਚਮਕ ਬਾਹਰ ਪੈ ਹੀ ਜਾਣੀ ਹੈ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜਿਹਨੇ ਕਮਾਈ ਕਰ ਲਈ, ਜਿਹਦੇ ਅੰਦਰ ਨਾਮ ਦਾ ਧਨ ਜਮ੍ਹਾਂ ਹੋ ਗਿਆ, ਤੇ ਦੇਖੋ ਇਸ ਮੰਜ਼ਿਲ ਤੇ ਪਹਿਲੀ ਗੱਲ ਹੈ ਵੀ ਪਹੁੰਚਦਾ ਹੀ ਉਹ ਹੈ ਜਿਹੜਾ ਪਹਿਲਾਂ ਲੁਕਣ ਦੀ ਕੋਸ਼ਿਸ਼ ਕਰਦਾ, ਜਿਹੜਾ ਸਭ ਕੁਝ ਆਪਣੇ ਜੀਵਨ ਨੂੰ ਗੁਪਤ ਰੱਖ ਕੇ ਤਰੱਕੀ ਕਰਦਾ। ਪਰ ਮਹਾਰਾਜ ਪਾਤਸ਼ਾਹ ਜੀ ਦਾ ਇੱਕ ਆਪਣਾ ਹੀ ਬਿਰਧ ਹੈ। ਮਹਾਰਾਜ ਫਿਰ ਚਾਹੁੰਦੇ ਹੈ ਕਿ ਜਿਹਨੇ ਮੇਰੀ ਬੰਦਗੀ ਕੀਤੀ ਹੈ, ਹੁਣ ਇਹਨੂੰ ਮੈਂ ਇੰਨਾ ਗੁਪਤ ਨਹੀਂ ਰਹਿਣ ਦੇਣਾ, ਇਹਨੂੰ ਮੈਂ ਸਮਾਜ ਦੇ ਵਿੱਚ ਵਡਿਆਈਆਂ ਦਵਾਉਣੀਆਂ ਨੇ, ਸੰਸਾਰ ਦੇ ਵਿੱਚ ਸਤਿਕਾਰ ਦਿਵਾਉਣਾ ਹੈ, ਅਤੇ ਉਹ ਨਾਮ ਰਤਨ ਦਾ ਚਮਕਾਰਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਵਿਧੀ ਦੇ ਦੁਆਰਾ ਪੈ ਹੀ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ ਉਹ ਬੇਸ਼ੱਕ ਕੀਤੀ ਹੋਈ ਆਪਣੀ ਬੰਦਗੀ ਨੂੰ ਲੁਕਾ ਕੇ ਰੱਖਣ ਦੀ ਕੋਸ਼ਿਸ਼ ਕਰੇ, ਪਰ ਉਹ ਲੁਕ ਨਹੀਂ ਸਕਦੀ। ਪਾਤਸ਼ਾਹ ਜੀ ਕਹਿੰਦੇ ਨੇ ਇਸ ਲਈ ਅਨਕ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ। ਫਿਰ ਪਾਤਸ਼ਾਹ ਫਰਮਾਉਂਦੇ ਆ ਹਰ ਗੁਣ ਕਹਿਤੇ ਕਹਿਣ ਨਾ ਜਾਈ। ਉਹ ਅਕਾਲ ਪੁਰਖ ਪਾਤਸ਼ਾਹ ਦੀਆਂ ਜਿਹੜੀਆਂ ਵਡਿਆਈਆਂ ਨੇ, ਉਹਦੇ ਜਿਹੜੇ ਗੁਣ ਨੇ, ਅਗਰ ਉਹਨੂੰ ਕੋਈ ਦੱਸਣਾ ਚਾਹੇ, ਉਹਦੇ ਗੁਣ ਗਾਉਣਾ ਚਾਹੇ, ਤੇ ਪਾਤਸ਼ਾਹ ਕਹਿੰਦੇ ਸੰਪੂਰਨ ਰੂਪ ਵਿੱਚ ਨਹੀਂ ਗਾਏ ਜਾ ਸਕਦੇ। ਜਿਤਨੀ ਕਿ ਕਿਸੇ ਦੀ ਬੁੱਧ ਦੀ ਅਕਲ ਦੀ ਪਾਤਸ਼ਾਹ ਜੀ ਕਹਿੰਦੇ ਆ ਕਪੈਸਿਟੀ ਹੈ, ਜਿੱਥੋਂ ਤੱਕ ਉਹਦੀ ਪਹੁੰਚ ਹੈ ਉੱਥੋਂ ਤੱਕ ਰੱਬ ਦੇ ਸ਼ੁਭ ਗੁਣਾਂ ਨੂੰ ਉਹ ਅੰਡਰਸਟੈਂਡ ਕਰ ਸਕੇਗਾ, ਪਰ ਉਸ ਤੋਂ ਅਗਾਂਹ ਅਨੰਤ ਹੈ, ਬੇਅੰਤ ਹੈ। ਇਸ ਲਈ ਪਾਤਸ਼ਾਹ ਕਹਿੰਦੇ ਸਾਰੇ ਗੁਣ ਜਿਹੜੇ ਨੇ ਉਸ ਪ੍ਰਭੂ ਦੇ, ਵਾਹਿਗੁਰੂ ਦੇ, ਅਕਾਲ ਪੁਰਖ ਦੇ ਵਰਣਨ ਕੀਤੇ ਹੀ ਨਹੀਂ ਜਾ ਸਕਦੇ। ਹਰ ਗੁਣ ਕਹਿਤੇ ਕਹਿਣ ਨਾ ਜਾਈ। ਆਪਾਂ ਪੜ੍ਹਦੇ ਹਾਂ ਨਿਤਨੇਮ ਦੀਆਂ ਬਾਣੀਆਂ ਦੇ ਅੰਦਰ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਵੀ ਜਿਹਨੂੰ ਇਹ ਪਤਾ ਲੱਗ ਗਿਆ ਨਾ ਪਰਮਾਤਮਾ ਦੇ ਪਾਸ ਸ਼ਕਤੀ ਹੈ ਅਤੇ ਉਹਦੇ ਕੋਲੋਂ ਸ਼ਕਤੀ ਮੰਗੀਏ, ਜ਼ੋਰ ਮੰਗੀਏ ਅਤੇ ਉਹ ਦੇ ਦਿੰਦਾ, ਉਹ ਫਿਰ ਰੱਬ ਦਾ ਇਹ ਗੁਣ ਗਾਉਂਦਾ ਵੀ ਰੱਬ ਆਹ ਦਾਤ ਦੇ ਦਿੰਦਾ। ਗਾਵੈ ਕੋ ਤਾਣ ਹੋਵੈ ਕਿਸੈ ਕੋ ਦਾਤ ਜਾਣੈ ਨਿਸਾਣ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ। ਜਿਹਨੇ ਪੁੱਤਰ ਧੀ ਦੀ ਕੋਈ ਹੋਰ ਦਾਤ ਮੰਗ ਲਈ ਜਦੋਂ ਉਹਨੂੰ ਮਿਲ ਗਈ ਅਤੇ ਉਹਨੂੰ ਕੋਈ ਪੁੱਛੇ ਤੇ ਉਹ ਕਹਿੰਦਾ ਰੱਬ ਦਾਤਾਂ ਦੇਣ ਵਾਲਾ ਹੈ। ਜਾਣੈ ਨਿਸਾਣ, ਨਿਸਾਣ ਹੁੰਦਾ ਵੀ ਅਜਮਾ ਕੇ ਦੇਖ ਲਿਆ ਹੋਵੇ ਜਿਹਨੇ, ਉਹ ਫਿਰ ਇਸ ਤਰ੍ਹਾਂ ਰੱਬ ਨੂੰ ਗਾਉਣਾ ਸ਼ੁਰੂ ਕਰ ਦਿੰਦਾ। ਗਾਵੈ ਕੋ ਗੁਣ ਵਡਿਆਈਆਂ ਚਾਰ, ਜਿਹੜਾ ਰੱਬ ਦੇ ਕੋਲੋਂ ਕੋਈ ਗੁਣ ਮੰਗਦਾ ਹੈ ਵੀ ਮਹਾਰਾਜ ਮੈਂ ਤਬਲਾ ਸਿੱਖਣ ਦੀ ਕੋਸ਼ਿਸ਼ ਕਰ ਰਿਹਾ, ਮੇਰਾ ਹੱਥ ਨਹੀਂ ਚੱਲਦਾ, ਕਿਰਪਾ ਕਰੋ। ਕੋਈ ਕਹਿੰਦਾ ਮੈਂ ਹਾਰਮੋਨੀਅਮ ਮਹਾਰਾਜ ਸਿੱਖਦਾ, ਕਿਰਪਾ ਕਰਕੇ ਮੇਰੇ ਕੋ ਅਜੇ ਮੈਨੂੰ ਸਮਝ ਨਹੀਂ ਆਉਂਦੀ, ਦਇਆ ਕਰੋ, ਕਿਰਪਾ ਕਰੋ। ਜਾਂ ਕੋਈ ਸੰਸਾਰ ਦਾ ਹੋਰ ਹੁਨਰ ਸਿੱਖਦਾ
ਤੇ ਮਹਾਰਾਜ ਪਾਤਸ਼ਾਹ ਦਇਆ ਕਰ ਦਿੰਦੇ, ਉਹਦੀ ਬੁੱਧ ਮਤ ਦੇ ਅੰਦਰ ਉਹ ਗਿਆਨ ਪਾ ਦਿੰਦੇ ਹੈ। ਉਹ ਰੱਬ ਦਾ ਸ਼ੁਕਰਾਨਾ ਕਰਦਾ ਵੀ ਰੱਬ ਗੁਣਾਂ ਦੀਆਂ ਦਾਤਾਂ ਦਿੰਦਾ, ਗੁਣਵਾਨ ਹੈ, ਗੁਣ ਦਿੰਦਾ ਹੈ, ਗਾਵੈ ਕੋ ਗੁਣ। ਫਿਰ ਪਾਤਸ਼ਾਹ ਕਹਿੰਦੇ ਕਈ ਜਗਤ ਦੇ ਉੱਪਰ ਨਾਲ ਨਾਲ ਰੱਬ ਦਾ ਨਿਤਨੇਮ ਕਰਦੇ ਹੈ, ਬੰਦਗੀ ਕਰਦੇ, ਪਰ ਇੱਛਾ ਉਹਨਾਂ ਦੀ ਹੁੰਦੀ ਵੀ ਮੈਨੂੰ ਵਡਿਆਈਆਂ ਮਿਲਣ, ਦੁਨੀਆਂ ਦੇ ਵਿੱਚ ਮੇਰੀ ਸੋਭਾ ਹੋਵੇ। ਤੇ ਪਾਤਸ਼ਾਹ ਫਰਮਾਉਂਦੇ ਰੱਬ ਉਹਨਾਂ ਨੂੰ ਵਡਿਆਈਆਂ ਦੇ ਦਿੰਦਾ, ਕਿਉਂਕਿ ਪ੍ਰਭੂ ਦੀ ਬੰਦਗੀ ਇੱਕ ਕਰੰਸੀ ਹੈ, ਉਹਦੇ ਨਾਲ ਜੋ ਕੋਈ ਕੁਝ ਖਰੀਦਣਾ ਚਾਹੇ ਉਹ ਮਿਲ ਜਾਣਾ। ਤੇ ਜਦੋਂ ਉਹਨੂੰ ਵਡਿਆਈਆਂ ਮਿਲ ਜਾਂਦੀਆਂ ਤੇ ਫਿਰ ਉਹ ਇਹ ਗਾਉਂਦਾ ਹੈ ਕਿ ਰੱਬ ਜਿਹੜਾ ਹੈ ਉਹ ਵਡਿਆਈਆਂ ਦੇਣ ਵਾਲਾ ਦਾਤਾ ਹੈ। ਮਹਾਰਾਜ ਕਹਿੰਦੇ ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ, ਵਿਖਮ ਹੁੰਦਾ ਕਠਨ, ਕਿਸੇ ਨੇ ਕੋਈ ਐਸੀ ਵਿਦਿਆ ਪੜ੍ਹਨੀ ਸਟਾਰਟ ਕਰ ਲਈ ਹੈ, ਸਿਲੇਬਸ ਉਹਦੇ ਦਿਮਾਗ ਵਿੱਚ ਨਹੀਂ ਪੈਂਦਾ, ਉਹਨੂੰ ਕੋਈ ਸਿਆਣਾ ਪੁਰਸ਼ ਦੱਸਦਾ ਵੀ ਮੱਥਾ ਟੇਕਿਆ ਕਰ, ਅਰਦਾਸ ਕਰਿਆ ਕਰ, ਉਹ ਮਹਾਰਾਜ ਦੇ ਅੱਗੇ ਹਜ਼ੂਰੀ 'ਚ ਖਲੋ ਕੇ ਕਹਿੰਦਾ ਮਹਾਰਾਜ ਪਾਤਸ਼ਾਹ ਮੈਨੂੰ ਇਹ ਵਿਦਿਆ ਆ ਜਾਏ। ਜਦੋਂ ਉਹਨੂੰ ਆ ਜਾਂਦੀ ਹੈ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਵੀ ਉਹ ਫਿਰ ਰੱਬ ਦੇ ਬਾਰੇ ਇਹ ਗਾਉਂਦਾ ਹੈ ਭਈ ਕਠਿਨ ਤੋਂ ਕਠਿਨ ਵਿਦਿਆ ਸਿਖਾ ਦੇਣ ਵਾਲਾ ਪਰਮਾਤਮਾ ਦਿਆਲੂ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਕੋਈ ਇਹ ਗਾਉਂਦਾ ਹੈ ਕਿ ਸਾਜਣਾ ਵੀ ਕਰਦਾ ਤੇ ਢਾ ਵੀ ਦਿੰਦਾ। ਗਾਵੈ ਕੋ ਜੀ ਲੈ ਫਿਰ ਦੇਹ, ਕੋਈ ਇਹ ਗਾਉਂਦਾ ਹੈ ਭਈ ਉਹੀ ਜੀਵ ਦਾ ਸੰਘਾਰ ਕਰਕੇ ਆਪਣੇ ਕੋਲ ਲੈ ਜਾਂਦਾ, ਉਹੀ ਉਸੇ ਘਰ ਦੇ ਵਿੱਚ ਬੱਚਿਆਂ ਦੀਆਂ ਦਾਤਾਂ ਫਿਰ ਦੇ ਦਿੰਦਾ, ਉਹ ਲੈ ਵੀ ਜਾਂਦਾ ਦੇ ਵੀ ਜਾਂਦਾ, ਕੋਈ ਇਹ ਗਾਉਂਦਾ ਹੈ। ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਕਹਿੰਦਾ ਵੀ ਉਹ ਤਾਂ ਲੱਗ ਗਈ ਹੈ, ਦਿਸ ਤਾਂ ਰਿਹਾ ਹੈ, ਕਿਉਂ ਨਹੀਂ ਸਮਝਦੇ ਤੁਸੀਂ, ਕੋਈ ਕਹਿੰਦਾ ਭਈ ਬੜਾ ਦੂਰ ਹੈ, ਪਤਾ ਨਹੀਂ ਰੱਬ ਕਿੱਥੇ ਰਹਿੰਦਾ ਜਿਹਦੇ ਬਾਰੇ ਸੁਣੀਦਾ। ਪਾਤਸ਼ਾਹ ਕਹਿੰਦੇ ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕੋਈ ਐਸਾ ਹੈ ਜਿਹੜਾ ਕਹਿੰਦਾ ਭਾਈ ਅਸੀਂ ਤੇ ਰੱਬ ਨੂੰ ਹਾਜ਼ਰ ਹਜ਼ੂਰ ਦੇਖ ਰਹੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਰੱਬ ਦੀਆਂ ਹੀ ਕਰਾਮਾਤਾਂ ਸਾਰੀਆਂ ਵਰਤ ਰਹੀਆਂ, ਉਹੀ ਤਾਂ ਸਾਰੇ ਕੌਤਕ ਵਰਤਾ ਰਿਹਾ। ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਕਹਿੰਦੇ ਉਹਦੇ ਬਾਰੇ ਕਥਨ ਕਰੀ ਚੱਲੋ, ਕਥਨ ਕਰੀ ਚੱਲੋ, ਕਿਤੇ ਤੋਟ ਨਹੀਂ ਆਉਣ ਲੱਗੀ ਉਹਦੇ ਗੁਣਾਂ ਦੀ ਵੀ ਕੋਈ ਆਖੇ ਵੀ ਹੁਣ ਉਸ ਤੋਂ ਅਗਾਂਹ ਉਹਦੇ ਬਾਰੇ ਕੀ ਆਖੀਏ। ਮਹਾਰਾਜ ਕਹਿੰਦੇ ਜਦੋਂ ਤੁਸੀਂ ਜਨਮ ਲਿਆ, ਤੁਹਾਡੇ ਤੋਂ ਪਹਿਲਾਂ ਕਰੋੜਾਂ ਹੀ ਐਸੇ ਹੋ ਗਏ ਨੇ ਜਿਹੜੇ ਉਸ ਰੱਬ ਦੇ ਬਾਰੇ ਕਥਨ ਕਰਦੇ ਰਹੇ ਨੇ। ਪਾਤਸ਼ਾਹ ਕਹਿੰਦੇ ਕਥ ਕਥ ਕਥੀ ਕੋਟੀ ਕੋਟ ਕੋਟ। ਭਗਤ ਭੀਖਣ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰ ਰਹੇ ਹੈ, ਉਹ ਫਰਮਾਉਂਦੇ ਨੇ ਕਿ ਹਰ ਗੁਣ ਕਹਿਤੇ ਕਹਿਣ ਨਾ ਜਾਈ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਦਾ ਕੋਈ ਜੀਵਨ ਲਿਖਣ ਲੱਗੇ ਨਾ ਤੇ ਪਹਿਲਾਂ ਲਿਖਣ ਵਾਲੇ ਨੂੰ ਪਹਿਲਾਂ ਪੜ੍ਹਨਾ ਪੈਂਦਾ, ਪਹਿਲਾਂ ਉਹਨੇ ਬਾਕੀ ਗ੍ਰੰਥ ਜਿਹੜੇ ਉਹ ਪੜ੍ਹਨੇ ਹੁੰਦੇ ਆ, ਤੇ ਪੜ੍ਹਦਿਆਂ ਪੜ੍ਹਦਿਆਂ ਫਿਰ ਆਪਾਂ ਅਨੰਤ ਲੇਖਕਾਂ ਦੀ ਇੱਥੋਂ ਹੀ ਸ਼ੁਰੂਆਤ ਦੇਖੀ ਹੈ ਵੀ ਉਹ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਭਈ ਤੇਰਾ ਪੱਖ ਕਿਹੜਾ ਲਿਖਣਾ ਅਸੀਂ ਸ਼ੁਰੂ ਕਰੀਏ, ਕੁਰਬਾਨੀ ਦਾ ਪੱਖ ਲਿਖਣਾ ਸ਼ੁਰੂ ਕਰੀਏ ਜਾਂ ਕਵੀਆਂ ਦੇ ਜਨਮਦਾਤਾ ਤੁਸੀਂ ਮਹਾਰਾਜ ਮਹਾਨ ਕਵੀ ਤੁਹਾਡਾ ਕਵੀਆਂ ਵਾਲਾ ਜਿਹੜਾ ਹੈ ਉਹ ਪੱਖ ਅਸੀਂ ਸ਼ੁਰੂ ਕਰੀਏ, ਮਹਾਰਾਜ ਤੁਹਾਡੀ ਤਪੱਸਿਆ ਦਾ ਪੱਖ ਜਿਹੜਾ ਅਸੀਂ ਉਹ ਸ਼ੁਰੂ ਕਰੀਏ। ਜਿਵੇਂ ਲਿਖਣ ਤੋਂ ਪਹਿਲਾਂ ਉਹ ਕਹਿੰਦੇ ਨਾ ਵੀ ਅਸੀਂ ਗੁਣ ਜਿਹੜੇ ਵਰਣਨ ਕਰਨੇ ਹੈ ਪਰ ਕਿਹੜੇ ਪਾਸਿਓਂ ਅਸੀਂ ਵਰਣਨ ਕਰਨੇ ਸ਼ੁਰੂ ਕਰੀਏ। ਜਿਹੜਾ ਇਸ ਤਰ੍ਹਾਂ ਦੇ ਬਿਰਹੋਂ ਦੇ ਲੇਖ ਲਿਖਣ ਵਾਲਾ ਸ਼ਿਵ ਕੁਮਾਰ ਬਟਾਲਵੀ ਹੈ, ਇੱਕ ਵਾਰ ਕਲਗੀਧਰ ਪਿਤਾ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਆਇਆ ਤੇ ਉਹਦੇ ਮਨ ਵਿੱਚ ਇੱਕ ਸ਼ੌਕ ਆਇਆ ਵੀ ਮੈਂ ਬਾਕੀ ਤੇ ਬਹੁਤ ਕੁਛ ਲਿਖਦਾ ਰਿਹਾ ਤੇ ਕਲਗੀਧਰ ਪਾਤਸ਼ਾਹ ਦੇ ਬਾਰੇ ਵੀ ਐਤਕਾਂ ਮੈਂ ਕੁਛ ਜਿਹੜਾ ਉਹ ਲਿਖਾਂਗਾ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ। ਹੁਣ ਲਿਖਣ ਤੋਂ ਪਹਿਲਾਂ ਪੜ੍ਹਨਾ ਪੈਂਦਾ ਤੇ ਜਿਹੜੇ ਲੇਖਕ ਹੁੰਦੇ ਆ ਉਹਨਾਂ ਦੀ ਪੜ੍ਹਨ ਦੀ ਰਫ਼ਤਾਰ ਤੇਜ਼ ਹੁੰਦੀ ਹੈ ਕਿਉਂਕਿ ਕਈ ਵਾਰੀ ਉਹ ਇੱਕ ਬੁੱਕ ਲੈਂਦੇ ਆ ਤੇ ਇੱਕ ਸਿਰੇ ਤੋਂ ਲੈ ਕੇ ਅਗਲੇ ਸਿਰੇ ਤੱਕ ਲਾ ਕੇ ਹੀ ਉੱਠਦੇ ਆ ਕਿਉਂਕਿ ਉਹਨਾਂ ਨੂੰ ਮਜਬੂਰੀ ਹੁੰਦੀ, ਉਹਨਾਂ ਨੂੰ ਪੜ੍ਹਨਾ ਪੈਂਦਾ, ਮੁਤਾਲਿਆ ਕਰਨਾ ਪੈਂਦਾ। ਜਦੋਂ ਉਹਨੇ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹਿਆ ਤੇ ਕਲਮ ਚੁੱਕੀ ਮਹਾਰਾਜ ਪਾਤਸ਼ਾਹ ਜੀ ਦੇ ਗੁਰਪੁਰਬ ਵਾਲੇ ਦਿਨ ਤੇ ਆਪਣੀ ਉਹਨੂੰ ਆਪਣੀ ਹੋਂਦ ਤੇ ਆਪਣੀ ਕੁਆਲਿਟੀ ਦੇ ਵੱਲ ਵੇਖ ਕੇ ਤੇ ਸ਼ਰਮ ਆਈ ਵੀ ਮੈਂ ਲੇਖਕ ਤਾਂ ਹਾਂ, ਰਾਈਟਰ ਤਾਂ ਹਾਂ, ਮੈਂ ਬੜਿਆਂ ਦੀਆਂ ਅੱਖਾਂ 'ਚੋਂ ਹੰਝੂ ਵੀ ਵਗਾਏ ਹੈ ਪਰ ਜੋ ਕੁਝ ਮੈਂ ਲਿਖਦਾ ਹਾਂ ਉਹ ਤਾਂ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਬਾਰੇ ਲਿਖਣ ਦੇ ਸਾਹਮਣੇ ਬੁੱਝ ਦਿਲ ਹੈ। ਉਹਨੇ ਕਲਮ ਚੁੱਕੀ ਤੇ ਲਿਖ ਦਿੱਤਾ, ਕਹਿੰਦਾ ਮੈਂ ਕਿਹੜੇ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ। ਕਹਿੰਦਾ ਹੈ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਹੰਝੂ ਤੇ ਮੈਂ ਬੜੇ ਵਗਾਏ ਲੋਕਾਂ ਦੇ, ਵੈਰਾਗਮਈ ਬਿਰਹੋਂ ਦੀਆਂ ਕਵਿਤਾ ਲਿਖ ਲਿਖ ਕੇ,
ਤੇ ਉਹ ਕਹਿੰਦਾ ਪਰ ਅੱਜ ਮੈਂ ਸੋਚ ਰਿਹਾ ਵੀ ਮੈਂ ਕਿਹੜੇ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ, ਮੇਰਾ ਹਰ ਇੱਕ ਗੀਤ ਬੁਝ ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ। ਕਹਿੰਦਾ ਮੈਂ ਬੜੇ ਲਿਖ ਚੁੱਕਾ ਹੈ ਪਰ ਉਹ ਸਾਰੇ ਇਹ ਸੱਚੇ ਸਤਿਗੁਰੂ ਤੇਰੀਆਂ ਕੁਰਬਾਨੀਆਂ ਦੇ ਸਾਹਮਣੇ ਮਹਾਰਾਜ ਉਹ ਤੇ ਬੁਝ ਦਿਲ ਨੇ, ਤੇ ਉਹਨਾਂ ਦੇ ਵਿੱਚੋਂ ਮੈਂ ਕੀ ਗਾ ਸਕਦਾ ਤੇ ਤੇਰੀ ਸਿਫਤ ਦੇ ਵਿੱਚ ਮੈਂ ਕੀ ਲਿਖ ਸਕਦਾ। ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀਆਂ ਸਿਫਤਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ। ਮਹਾਰਾਜ ਪਾਤਸ਼ਾਹ ਬਾਣੀ ਅੰਦਰ ਫਰਮਾਉਂਦੇ ਆ ਕਿ ਭਾਈ ਇਹ ਸਾਰੀਆਂ ਕੰਪਲੀਟ ਰੂਪ ਦੇ ਵਿੱਚ ਗਾਈਆਂ ਨਹੀਂ ਜਾ ਸਕਦੀਆਂ, ਵਰਣਨ ਨਹੀਂ ਕੀਤੀਆਂ ਜਾ ਸਕਦੀਆਂ। ਭਗਤ ਭੀਖਣ ਸਾਹਿਬ ਜੀ ਫਰਮਾਉਂਦੇ ਨੇ ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ, ਖਾਧੇ ਹੋਈ ਗੂੰਗੇ ਦੀ ਮਠਿਆਈ ਦੇ ਅਨੁਭਵ ਵਾਂਗ। ਉਹ ਕਹਿੰਦੇ ਇੰਨਾ ਪਤਾ ਜ਼ਰੂਰ ਲੱਗ ਜਾਏਗਾ ਵੀ ਇਸ ਇਨਸਾਨ ਨੂੰ ਕੋਈ ਅੰਦਰ ਆਨੰਦ ਬਣਿਆ ਹੋਇਆ, ਇਹ ਇਨਸਾਨ ਜਿਹੜਾ ਇਹ ਨਾਮ ਜਪ ਕੇ ਸਤਿਗੁਰਾਂ ਦੇ ਇਤਿਹਾਸ ਵਿੱਚ ਚਿੱਤ ਜੋੜ ਕੇ ਇਹ ਅੰਦਰੋਂ ਖਿੜਿਆ ਹੋਇਆ, ਉਹਦੇ ਚਿਹਰੇ ਤੋਂ ਉਹਦੇ ਹਾਵ ਭਾਵ ਤੋਂ ਪਤਾ ਤਾਂ ਲੱਗ ਜਾਏਗਾ, ਪਰ ਜਿਵੇਂ ਗੂੰਗਾ ਦੱਸ ਨਹੀਂ ਸਕਦਾ, ਇਵੇਂ ਉਹ ਵੀ ਇਨਸਾਨ ਜਿਹੜਾ ਕੰਪਲੀਟ ਰੂਪ ਪਰਮਾਤਮਾ ਦੀਆਂ ਵਡਿਆਈਆਂ ਨਹੀਂ ਦੱਸ ਸਕਦਾ। ਜੈਸੇ ਗੂੰਗੇ ਕੀ ਪਠਿਆਈ, ਰਸਨਾ ਰਮਤ ਸੁਨਤ ਸੁਖ ਸ੍ਰਵਨਾ, ਚਿੱਤ ਚੇਤੇ ਸੁਖ ਹੋਈ। ਉਹ ਸ਼ਬਦ ਨੂੰ ਪੂਰਿਆਂ ਕਰਦੇ ਨੇ ਕਿ ਭਾਈ ਇਤਨਾ ਹੈ ਕਿ ਜੇ ਤਾਂ ਰਸਨਾ ਜਿਹੜੀ ਹੈ ਉਸ ਮਾਲਕ ਦੇ ਪਰਮੇਸ਼ਰ ਦੇ ਸ਼ਬਦਾਂ ਨੂੰ ਗਾਵੇ ਤੇ ਫਿਰ ਵੀ ਇਨਸਾਨ ਨੂੰ ਸੁਖ ਮਿਲਦਾ। ਸੁਨਤ ਸੁਖ ਸ੍ਰਵਨਾ, ਤੇ ਜੇ ਸਰਵਣਾ ਦੇ ਨਾਲ ਕੰਨਾਂ ਦੇ ਨਾਲ ਉਸ ਮਾਲਕ ਪਰਮੇਸ਼ਰ ਦੀ ਕੀਰਤੀ ਨੂੰ ਸੁਣਿਆ ਜਾਏ ਤੇ ਫਿਰ ਵੀ ਜਿਹੜਾ ਹੈ ਉਹ ਸੁਖ ਮਿਲਦਾ। ਚਿੱਤ ਚੇਤੇ, ਤੇ ਜਿਹੜਾ ਚਿੱਤ ਹੈ ਨਾ ਚਿਤਵਨੀਆਂ ਲੈਂਦਾ, ਇਹ ਆਪਣੀਆਂ ਚਿਤਵਨੀਆਂ ਦੇ ਵਿੱਚ ਉਸ ਮਾਲਕ ਨੂੰ ਚੇਤੇ ਕਰੀ ਜਾਏ ਤੇ ਪਾਤਸ਼ਾਹ ਕਹਿੰਦੇ ਫਿਰ ਵੀ ਇਨਸਾਨ ਨੂੰ ਜਿਹੜਾ ਉਹ ਸੁਖ ਮਿਲਦਾ ਹੈ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹੇ ਕਮਾਣੇ ਪਾਪ ਚਿਰਾਣੇ। ਚਿਰਾਣੇ ਹੁੰਦਾ ਚਿਰਾਂ ਦੇ, ਜਿਹੜੇ ਕਿਤੇ ਪਿਛਲਿਆਂ ਜਨਮਾਂ ਵਿੱਚ ਵੀ ਕੀਤੇ ਹੈ ਤੇ ਯਾਦ ਹੀ ਭੁੱਲ ਗਿਆ ਹੋਇਆ ਇਨਸਾਨ ਨੂੰ, ਮਾਰੇ ਕਹਿੰਦੇ ਸਾਰੇ ਹੀ ਮਿਟ ਜਾਂਦੇ ਹੈ ਪ੍ਰਭੂ ਦੀ ਬੰਦਗੀ ਦੇ ਨਾਲ। ਮਿਟਹੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਮਾਰੇ ਕਹਿੰਦੇ ਕਈ ਆਤਮਕ ਰੂਪ ਵਿੱਚ ਮਰੇ ਹੋਏ ਇਨਸਾਨ ਹੁੰਦੇ ਹੈ, ਦੇਖਣ ਨੂੰ ਉਹ ਧਰਤੀ ਤੇ ਤੁਰੇ ਫਿਰੇ ਲੱਗਦੇ ਹੈ, ਪਰ ਉਹ ਜਦੋਂ ਸਾਧ ਸੰਗਤ ਵਿੱਚ ਮਿਲਦੇ ਹੈ, ਸਾਧ ਸੰਗਤ ਦੇ ਵਿੱਚ ਪਾਤਸ਼ਾਹ ਕਹਿੰਦੇ ਜਦੋਂ ਉਹ ਆਪਣੀ ਰਸਨਾ ਆਪਣੇ ਨੇਤਰ ਆਪਣੇ ਕੰਨ ਸਫਲੇ ਕਰਦੇ ਹੈ, ਪਾਤਸ਼ਾਹ ਕਹਿੰਦੇ ਆਤਮਕ ਰੂਪ ਦੇ ਵਿੱਚ ਉਹਨਾਂ ਦਾ ਦੁਬਾਰਾ ਜਨਮ ਹੋ ਜਾਂਦਾ ਹੈ, ਉਹ ਫਿਰ ਜਿਉਂਦੇ ਹੋ ਜਾਂਦੇ ਹੈ। ਸਾਧ ਸੰਗਤ ਮਿਲ ਮੁਆ ਜੀਜੈ, ਇਹ ਪਾਤਸ਼ਾਹ ਸੁਖ ਦੀ ਗੱਲ ਕਰਦੇ ਹੈ ਪਾਤਸ਼ਾਹ। ਤੋ ਭਗਤ ਭੀਖਣ ਸਾਹਿਬ ਜੀ ਫਰਮਾਉਂਦੇ ਰਸਨਾ ਰਮਤ ਸੁਨਤ ਸੁਖ ਸ੍ਰਵਨਾ, ਚਿੱਤ ਚੇਤੇ ਸੁਖ ਹੋਈ, ਕਹੋ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾ ਤਹਿ ਸੋਈ। ਉਹ ਕਹਿੰਦੇ ਕਹਿੰਦੇ ਨੇ ਭੀਖਣ ਸਾਹਿਬ ਕਿ ਜਦੋਂ ਨੈਣਾਂ ਨੂੰ ਸੰਤੋਖ ਆ ਗਿਆ, ਅੱਖਾਂ ਨੂੰ ਸੰਤੋਖ ਆ ਗਿਆ, ਬਸ ਕਹਿੰਦੇ ਉਸ ਤੋਂ ਅੱਗੇ ਰੱਬ ਹੀ ਰੱਬ ਹੈ, ਫਿਰ ਪਰਮਾਤਮਾ ਹੀ ਹੈ ਜਿਸ ਪਾਸੇ ਵੀ ਨਜ਼ਰ ਆਉਂਦਾ ਹੈ। ਇਹ ਨੇਤਰੇ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਪਹਿਲਾਂ ਤੁਸੀਂ ਇਸ ਜਗਤ ਨੂੰ ਜ਼ਹਿਰ ਰੂਪ ਦੇਖ ਰਹੇ ਜੇ, ਜਦੋਂ ਤੁਸੀਂ ਆਪਣੀ ਬਿਰਤੀ ਪਲਟਾ ਲਓਗੇ, ਇਹੋ ਹੀ ਕਹਿੰਦੇ ਰੱਬ ਦਾ ਰੂਪ ਬਣ ਜਾਏਗਾ, ਪਰਮਾਤਮਾ ਦਾ ਰੂਪ ਹੋ ਜਾਏਗਾ। ਭੀਖਣ ਸਾਹਿਬ ਕਹਿੰਦੇ ਦੇਖੋ ਨੈਣ ਜਿਹੜੇ ਨੇਤਰ ਨੇ ਇਹਨਾਂ ਨੂੰ ਸੰਤੋਖ ਆ ਜਾਏ ਨਾ, ਤੇ ਨੇਤਰਾਂ ਦੀ ਜਿਹੜੀ ਹੈ ਇਸ ਪ੍ਰਕਾਰ ਤਾਰੀਫ ਵੀ ਜਿਹੜੀ ਹੈ ਉਹ ਬਹੁਤ ਧਰਮ ਦੇ ਫਲਸਫੇ ਦੇ ਅੰਦਰ ਲਿਖੀ ਹੈ, ਪਰ ਜੇ ਇਹਦਾ ਤਸਵੀਰ ਦਾ ਪੁੱਠਾ ਪਾਸਾ ਦੇਖੀਏ ਨਾ, ਤੇ ਸਾਰਾ ਸਿਆਪਾ ਵੀ ਇਹਨਾਂ ਨੇਤਰਾਂ ਦਾ ਹੀ ਹੈ। ਤਾਂ ਹੀ ਭਗਤ ਪੁਰਖ ਕਹਿੰਦੇ ਆ ਵੀ ਇਹਨਾਂ ਨੂੰ ਸੰਤੋਖ ਆ ਜਾਏ ਤੇ ਫਿਰ ਰੱਬ ਨਾਲ ਹੀ ਮਿਲਾਪ ਹੋ ਜਾਂਦਾ। ਇਹਨਾਂ ਨੇਤਰਾਂ ਦੇ ਬਾਰੇ ਪਾਤਸ਼ਾਹ ਕਹਿੰਦੇ ਦੇਖੋ ਇੱਕ ਨਿਧਾਨ ਇਨਸਾਨ ਹੋਵੇ ਜਿਹਦੀਆਂ ਅੱਖਾਂ ਦੀ ਜੋਤ ਕੰਮ ਨਹੀਂ ਕਰਦੀ, ਉਸ ਮਾਲਕ ਤੋਂ ਹਮੇਸ਼ਾ ਡਰਦੇ ਰਹੀਏ, ਸਾਰੀ ਉਮਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਨਹੀਂ ਕਰ ਸਕੇਗਾ। ਅਗਰ ਉਹ ਕਿਸੇ ਦੀ ਟੇਕ ਲੈ ਕੇ ਕਿਸੇ ਦੇ ਨਾਲ ਕਿਸੇ ਤੀਰਥ ਤੇ ਸ੍ਰੀ ਹਰਿਮੰਦਰ ਸਾਹਿਬ ਜਾਂਦਾ, ਹਜ਼ੂਰ ਸਾਹਿਬ ਜਾਂਦਾ, ਗੁਰਦੁਆਰੇ ਸਾਹਿਬਾਂ ਦੇ ਵਿੱਚ ਜਾਂਦਾ, ਉਹਦੇ ਕੋਲੋਂ ਦਰਸ਼ਨ ਦੀਦਾਰ ਨਹੀਂ ਕੀਤੇ ਜਾ ਸਕਦੇ। ਹੁਣ ਜਿਨ੍ਹਾਂ ਨੂੰ ਅੱਖੀਆਂ ਮਿਲੀਆਂ ਨੇ ਪਰਮੇਸ਼ਰ ਨੇ ਦਿੱਤੀਆਂ, ਤੇ ਮਹਾਰਾਜ ਬਾਣੀ ਵਿੱਚ ਫਰਮਾਉਂਦੇ ਆ ਦੀਦ ਨੇ, ਇਹਨਾਂ ਦਾ ਨਾਮ ਹੈ ਦੀਦੇ। ਮਹਾਰਾਜ ਕਹਿੰਦੇ ਦੀਦ ਨੇ ਦੀਦਾਰ ਸਾਹਿਬ, ਇਹਨਾਂ ਦਾ ਸਭ ਤੋਂ ਵੱਡਾ, ਮਹਾਰਾਜ ਪਾਤਸ਼ਾਹ ਕਹਿੰਦੇ ਇਹਨਾਂ ਦੀਦਿਆਂ ਦਾ
ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਇਹਦੇ ਨਾਲ ਸਾਹਿਬ ਦੇ ਦੀਦਾਰ ਕਰ ਲਈਦੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਈਦੇ ਹੈ। ਦੀਦਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ। ਮਹਾਰੇ ਕਹਿੰਦੇ ਕੋਈ ਇੱਕ ਦਿਨ ਦਾ ਵੀ ਨਹੀਂ ਮੁੱਲ ਤਾਰਿਆ ਜਾ ਸਕਦਾ। ਭਈ ਜੇ ਇੱਕ ਦਿਨ ਵੀ ਘਰੋਂ ਚੱਲ ਕੇ ਇਹਨਾਂ ਅੱਖਾਂ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਈਦੇ ਹੈ, ਇਹ ਇੱਕ ਵਾਰ ਦੇ ਦਰਸ਼ਨਾਂ ਦਾ ਵੀ ਨਹੀਂ ਮੁੱਲ ਤਾਰਿਆ ਜਾ ਸਕਦਾ। ਜਿਹਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਕੋਈ ਉਹਨੂੰ ਪੁੱਛ ਕੇ ਦੇਖੇ ਇਹਨਾਂ ਦਾ ਕੀ ਮੁੱਲ ਹੈ। ਇਸ ਵਾਸਤੇ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਪਰ ਇਹੀ ਅੱਖਾਂ ਜਿਹੜੀਆਂ ਨੇ, ਇਹੀ ਜਿਹੜੀਆਂ ਇਹ ਰੁਕਾਵਟ ਵੀ ਪਾਉਂਦੀਆਂ ਨੇ ਰੱਬ ਨੂੰ ਮਿਲਣ ਵਿੱਚ। ਇਸ ਲਈ ਭਗਤ ਭੀਖਣ ਸਾਹਿਬ ਕਹਿੰਦੇ ਇਹਨਾਂ ਨੂੰ ਸੰਤੋਖ ਆ ਜਾਏ। ਉਹ ਕਹਿੰਦੇ ਕਹੋ ਭੀਖਣ ਦੋਏ ਨੈਣ ਸੰਤੋਖੇ। ਇਹ ਜਿਹੜੇ ਦੋਵੇਂ ਨੈਣ ਨੇ, ਦੋਵੇਂ ਨੇਤਰ ਨੇ, ਇਹਨਾਂ ਨੂੰ ਜੇ ਸੰਤੋਖ ਆ ਜਾਏ। ਉਹ ਕਹਿੰਦੇ ਜਹ ਦੇਖਾ ਤਹਿ ਸੋਈ। ਜਿੱਧਰ ਨੂੰ ਵੀ ਝਾਤੀ ਮਾਰੋਗੇ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਏਗਾ। ਤੁਰਦੇ ਫਿਰਦੇ ਪ੍ਰਾਣਾ ਧਾਰੀ ਜੀਵਾਂ ਦੇ ਅੰਦਰ ਰੱਬ ਦੀ ਜੋਤ ਹੀ ਜਿਹੜੀ ਹੈ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਤੋ ਭਗਤ ਭੀਖਣ ਸਾਹਿਬ ਜੀ ਜਿਨ੍ਹਾਂ ਦੇ ਰਾਗ ਸੂਰਠ ਦੇ ਵਿੱਚ ਸਾਧ ਸੰਗਤ ਜੀ ਦੋ ਸ਼ਬਦ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 669 ਨੰਬਰ ਅੰਗ ਦੇ ਉੱਪਰ ਦਰਜ ਨੇ, ਇੱਕ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ। ਤੋ ਫਿਰ ਜਿਵੇਂ ਜਿਵੇਂ ਸਮਾਂ ਬਣਦਾ ਗਿਆ ਸਤਿਗੁਰੂ ਮਹਾਰਾਜ ਜੀ ਦੇ ਗੁਣ ਗਾਵਾਂਗੇ। ਨਿਸ਼ਚਿਤ ਕੀਤਾ ਕਥਾ ਦਾ ਸਮਾਂ ਸੰਪੂਰਨ ਹੈ ਜੀ। ਸਰਬੱਤ ਸੰਗਤਾਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਦਿੰਦਿਆਂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।